ਰੰਗਲਾ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਬੀਤੇ ਦਿਨ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ S.Y.L ਰਿਲੀਜ਼ ਹੋਇਆ ਹੈ ਔਰ ਰਿਲੀਜ਼ ਹੋਣ ਤੋਂ ਬਾਅਦ ਲੱਖਾਂ ਦੀ ਗਿਣਤੀ ਵਿੱਚ ਲੋਕਾਂ ਨੇ ਇਸ ਗੀਤ ਨੂੰ ਸੁਣਿਆ ਹੈ ਉੱਥੇ ਹੀ ਹੁਣ ਇਸ ਗੀਤ ਦੇ ਉੱਤੇ ਕਈ ਵਿਵਾਦ ਵੀ ਖੜੇ ਹੋ ਚੁੱਕੇ ਨੇ ਦੱਸ ਦਈਏ ਕਿ ਕੁਝ ਆਗੂਆਂ ਦੇ ਵੱਲੋਂ ਇਸ ਗੀਤ ਦੇ ਉੱਤੇ ਸਵਾਲ ਚੁੱਕੇ ਗਏ ਨੇ ਕੁਝ ਲੋਕਾਂ ਦੇ ਵੱਲੋਂ ਸਵਾਲ ਖੜੇ ਕੀਤੇ ਗਏ ਨੇ ਤਾਂ ਉੱਥੇ ਹੀ ਹਰਿਆਣੇ ਦੇ ਕੁਝ ਲੋਕਾਂ ਨੇ ਇਸ ਗੀਤ ਦੀ ਤਾਰੀਫ਼ ਵੀ ਕੀਤੀ ਆ ਹਰਿਆਣੇ ਦੇ ਮਸ਼ਹੂਰ ਬੌਕਸਰ ਦੇ ਵੱਲੋਂ ਇਸ ਗੀਤ ਦੀ ਤਾਰੀਫ਼ ਕੀਤੀ ਗਈ ਆ ਤੇ ਕਿਆ ਗਿਆ ਹੈ ਕਿ ਇਸ ਗੀਤ ਦੇ ਜਿਹੜੇ ਭਾਵ ਨੇ ਉਸ ਨੂੰ ਸਮਝਿਆ ਜਾਵੇ ਬੋਲਾਂ ਨੂੰ ਸਮਝਿਆ ਜਾਵੇ ਕਿ ਆਖਿਰ ਸਿੱਧੂ ਮੂਸੇਵਾਲਾ ਕਹਿਣਾ ਕੀ ਚਾਹੁੰਦਾ ਹੈ ਦੱਸਦੀ ਹੈ ਕਿ ਵਿਸ਼ਵ ਭਰ ਦੇ ਵਿੱਚ ਪ੍ਰਸਿੱਧ ਮੁੱਕੇਵਾਜ ਬਜਿੰਦਰ ਸਿੰਘ ਦੇ ਵੱਲੋਂ ਸਿੱਧੂ ਮੂਸੇਵਾਲੇ ਦੇ ਇਸ ਗੀਤ ਦੀ ਤਾਰੀਫ਼ ਕੀਤੀ ਗਈ ਹੈ ਬਜਿੰਦਰ ਸਿੰਘ ਦੇ ਵੱਲੋਂ ਇੱਕ ਲੰਮੀ ਚੌੜੀ ਪੋਸਟ ਪਾਈ ਗਈ ਹੈ ਜਿਸ ਦੇ ਵਿੱਚ ਉਸ ਨੇ ਸਿੱਧੂ ਮੂਸੇਵਾਲੇ ਦੇ ਇਸ ਗੀਤ ਦੇ ਉੱਤੇ ਉੱਠੇ ਵਿਵਾਦ ਦੇ ਖਿਲਾਫ ਜਿਹੜਾ ਜਾ ਕੇ ਸਿੱਧੂ ਦੇ ਗੀਤ ਦੀ ਬਕਾਲਤ ਕੀਤੀ ਹੈ ਗੀਤ ਦੀ ਤਾਰੀਫ ਕੀਤੀ ਆ ਦੱਸ ਦਈਏ ਕਿ ਬਜਿੰਦਰ ਸਿੰਘ ਨੇ ਲਿਖਿਆ ਹੈ ਕਿ ਸਿੱਧੂ ਮੂਸੇਵਾਲੇ ਨੇ ਕੁਝ ਵੀ ਗਲਤ ਨਹੀਂ ਕਿਹਾ ਇਸ ਗੀਤ ਬਾਰੇ ਭਾਰਤੀ ਮੁੱਕੇਵਾਜ਼ ਬਜਿੰਦਰ ਸਿੰਘ ਨੇ ਆਪਣੇ ਫੇਸਬੁੱਕ ਅਕਾਊਂਟ ਦੇ ਉੱਤੇ ਇੱਕ ਜਿਹੜੀ ਪੋਸਟ ਪਾਈ ਆ ਜਿਸ ਦੇ ਵਿੱਚ ਉਸਨੇ ਲਿਖਿਆ ਹੈ ਕਿ ਸਿੱਧੂ ਮੂਸੇਵਾਲਾ ਦੇ SYL ਗੀਤ ਦੀ ਜੋ ਜਿਸ ਦੀਆਂ ਲਾਈਨਾਂ ਨੇ ਉਹਨਾਂ ਚਰ ਪਾਣੀ ਛੱਡੋ ਤਪਕਾ ਨਹੀਂ ਦਿੰਦੇ ਇਸ ਲਾਈਨ ਨੂੰ ਲੈ ਕੇ ਲੋਕ ਭੰਬਲ ਪੂਸੇ ਵਿੱਚ ਨੇ ਕਿ ਆਖਰ ਪਾਣੀ ਕਿਸ ਨੂੰ ਨਹੀਂ ਦੇਣਾ ਹਰਿਆਣਾ ਨੂੰ ਇਸ ਲਾਈਨ ਨੂੰ ਸਮਝਣ ਲਈ ਸਾਡਾ ਪਿਸ਼ੋਕੜ ਤੇ ਸਾਡਾ ਲਾਣਾ ਦੇ ਦਿਓ ਚੰਡੀਗੜ੍ਹ ਹਿਮਾਚਲ ਤੇ ਹਰਿਆਣਾ ਦੇ ਦਿਓ ਨੂੰ ਧਿਆਨ ਨਾਲ ਸੁਣੋ ਕਿ ਸ਼ੁਰੂਆਤ ਚ ਹੀ ਪਰਿਵਾਰ ਇੱਕ ਕਰਨ ਦੀ ਗੱਲ ਹੋ ਰਹੀ ਹੈ ਇਸ ਦੀ ਅਗਲੀ ਲਾਈਨ ਚ ਉਸ ਨੇ ਅੰਗਰੇਜ਼ੀ ਸ਼ਬਦ ਸੋਵਰੈਨਿਟੀ ਦੀ ਵਰਤੋਂ ਕੀਤੀ ਹੈ ਜਾਨੀ ਕਿ ਸਾਡਾ ਪਰਿਵਾਰ ਸੂਬਾ ਇੱਕ ਕਰ ਦਿਓ ਤੇ ਪ੍ਰਭੂ ਸੱਤਾ ਦੇ ਦਿਓ ਅਸੀਂ ਆਪਣਾ ਮਸਲਾ ਖੁਦ ਹੱਲ ਕਰ ਲਵਾਂਗੇ ਇਸ ਗੀਤ ਚ ਇੱਕ ਹੋਰ ਲਾਈਨ ਹੈ ਕਿਉਂ ਪੱਗਾਂ ਨਾਲ ਕਹਿੰਦਾ ਫਿਰਦਾ ਟੋਪੀ ਵਾਲੇ ਆਵੇ ਇਸ ਨੂੰ ਵੀ ਸਮਝਣ ਦੀ ਲੋੜ ਹੈ ਪੱਗ ਨੂੰ ਸਿਰਫ ਸਿੱਖੀ ਨਾਲ ਜੋੜ ਕੇ ਨਾ ਦੇਖੋ ਹਰਿਆਣਾ ਪੰਜਾਬ ਪੱਗ ਨੂੰ ਸਿਰਫ ਸਿੱਖੀ ਨਾਲ ਜੋੜ ਕੇ ਨਾ ਦੇਖੋ ਹਰਿਆਣਾ ਰਾਜਸਥਾਨ ਵਿੱਚ ਵੀ ਪਗੜੀ ਨੂੰ ਬਹੁਤ ਅਹਿਮ ਮੰਨਿਆ ਜਾਂਦਾ ਹੈ ਤੇ ਟੋਪੀ ਵਾਲੇ ਇਹ ਨੇਤਾ ਨੇ ਜੋ ਸਾਨੂੰ ਆਪਸ ਦੇ ਵਿੱਚ ਲੜਾਉਂਦੇ ਨੇ ਬਜਿੰਦਰ ਸਿੰਘ ਨੇ ਅੱਗੇ ਲਿਖਿਆ ਕਿ ਇਸ ਗਾਣੇ 'ਚ ਉਹਨਾਂ ਲੋਕਾਂ ਨੂੰ ਹੀ ਜਲਨ ਹੋ ਰਹੀ ਹੈ ਜੋ ਲੋਕ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਦੇ ਕਿਸਾਨਾਂ ਨੂੰ ਅੱਤਵਾਦੀ ਦੱਸਦੇ ਸੀ ਦੱਸਦੀ ਹੈ ਕਿ ਬੀਤੀ ਸ਼ਾਮ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਇਹ ਪਹਿਲਾ ਗੀਤ ਹੈ ਜਿਸ ਨੂੰ ਰਿਲੀਜ਼ ਕੀਤਾ ਗਿਆ ਹੈ ਔਰ ਇਸ ਗੀਤ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਪੰਜਾਬ ਦੀ ਖੁਦਮੁਖਤਿਆਰੀ ਦੀ ਮੰਗ ਕੀਤੀ ਹੈ ਐਨਾ ਹੀ ਨਹੀਂ ਸਿੱਧੂ ਨੇ ਇਸ ਗਾਣੇ ਦੇ ਰਾਹੀਂ ਚੰਡੀਗੜ੍ਹ ਹੀ ਨਹੀਂ ਸਗੋਂ ਹਿਮਾਚਲ ਤੇ ਹਰਿਆਣਾ ਉੱਤੇ ਵੀ ਜਿਹੜਾ ਪੰਜਾਬ ਦੀ ਮੰਗ ਨੂੰ ਦੁਹਰਾਇਆ ਹੈ ਮੰਗ ਜਿਹੜੀ ਮੰਗ ਰੱਖੀ ਆ ਔਰ ਗੀਤ ਦੇ ਸਪਸ਼ਟ ਬੋਲ ਹਨ ਕਿ ਜਿੰਨਾ ਚਿਰ ਪੰਜਾਬ ਨੂੰ ਪ੍ਰਭੂ ਸੱਤਾ ਨਹੀਂ ਮਿਲਦੀ ਸਤਲੁਜ ਜਮਨਾ ਲਿੰਕ ਨਹਿਰ ਯਾਨੀ ਕਿ ਐਸਵਾਈਐਲ ਨਹਿਰ ਦਾ ਪਾਣੀ ਛੱਡੋ ਇੱਕ ਤੁਪਕਾ ਵੀ ਨਹੀਂ ਦਿੰਦੇ ਗੀਤਾਂ ਵਿੱਚ ਦਰਿਆਈ ਪਾਣੀ ਉੱਤੇ ਪੰਜਾਬ ਦੇ ਹੱਕ ਦਾ ਜ਼ਿਕਰ ਹੈ ਇਸ ਦੇ ਨਾਲ ਹੀ ਸਿੱਧੂ ਨੇ ਬੰਦ ਜਿਹੜੇ ਬੰਦੀ ਸਿੰਘ ਨੇ ਜੇਲ੍ਹਾਂ ਦੇ ਵਿੱਚ ਜੋ ਬੰਦੀ ਸਿੰਘ ਬੰਦ ਨੇ ਉਹਨਾਂ ਦੀ ਰਿਹਾਈ ਦੀ ਵੀ ਮੰਗ ਕੀਤੀ ਆ ਸੋ ਗਾਣੇ ਦਾ ਇੱਕ ਇੱਕ ਬੋਲ ਜੇਕਰ ਧਿਆਨ ਨਾਲ ਸੁਣਿਆ ਜਾਵੇ ਤਾਂ ਹਰ ਇੱਕ ਬੋਲ ਦੇ ਵਿੱਚ ਤੁਹਾਨੂੰ ਪੰਜਾਬ ਦੀ ਗੱਲ ਨਜ਼ਰ ਆਏਗੀ ਪੰਜਾਬ ਦੇ ਹੱਕਾਂ ਦੀ ਗੱਲ ਨਜ਼ਰ ਆਏਗੀ ਔਰ ਪੰਜਾਬ ਦੇ ਉਹਨਾਂ ਮੁੱਦਿਆਂ ਦੀ ਗੱਲ ਨਜ਼ਰ ਆਏਗੀ ਜਿਨ੍ਹਾਂ ਦੇ ਉੱਤੇ ਲਗਾਤਾਰ ਵਿਵਾਦ ਹੁੰਦੇ ਰਹਿੰਦੇ ਨੇ ਤਾਂ ਹੁਣ ਬਜਿੰਦਰ ਸਿੰਘ ਦੇ ਵੱਲੋਂ ਇਸ ਪੋਸਟ ਨੂੰ ਸ਼ੇਅਰ ਕੀਤਾ ਗਿਆ ਹੈ ਜਿਸ ਦੇ ਵਿੱਚ ਉਸਨੇ ਸਿੱਧੂ ਮੂਸੇਵਾਲੇ ਦੇ ਗੀਤ ਦੀ ਤਾਰੀਫ਼ ਕੀਤੀ ਹੈ ਹਾਲਾਂਕਿ ਕੁਝ ਲੋਕਾਂ ਦੇ ਵੱਲੋਂ ਬਜਿੰਦਰ ਸਿੰਘ ਦਾ ਵੀ ਵਿਰੋਧ ਕੀਤਾ ਗਿਆ ਹੈ ਹਰਿਆਣੇ ਦੇ ਕੁਝ ਲੋਕਾਂ ਨੇ ਵੀ ਬਜਿੰਦਰ ਸਿੰਘ ਦਾ ਵਿਰੋਧ ਕੀਤਾ ਹੈ ਪਰ ਬਜਿੰਦਰ ਸਿੰਘ ਦਾ ਕਹਿਣਾ ਹੈ ਕਿ ਗੀਤਾਂ ਦੇ ਬੋਲਾਂ ਨੂੰ ਸਮਝੋ ਸਿੱਧੂ ਦੇ ਕਹਿਣ ਦਾ ਮਤਲਬ ਸਮਝੋ ਉਸਨੇ ਇਹ ਨਹੀਂ ਕਿਹਾ ਹਰਿਆਣੇ ਨੂੰ ਪਾਣੀ ਨਹੀਂ ਦੇਵਾਂਗੇ ਉਸਨੇ ਕਿਹਾ ਹੈ ਕਿ ਪਹਿਲਾਂ ਸਾਨੂੰ ਸਾਡੇ ਹੱਕ ਦਿਓ ਅਤੇ ਸਾਡਾ ਜਿਹੜਾ ਸੂਬਾ ਉਸ ਨੂੰ ਇਕੱਠੇ ਕਰ ਦਿਓ ਤਾਂ ਅਸੀਂ ਖੁਦ ਹੀ ਇਸ ਮਸਲੇ ਦਾ ਹੱਲ ਕਰ ਲਵਾਂਗੇ ਤਾਂ ਇੱਕ ਵੱਡਾ ਜਿਹੜਾ ਵਿਵਾਦ ਹੁਣ ਉੱਠਦਾ ਹੋਇਆ ਇਸ ਗਾਣੇ ਦੇ ਉੱਤੇ ਦਿਖਾਈ ਦੇ ਰਿਹਾ ਉੱਥੇ ਹੀ ਹੁਣ ਹਰਿਆਣੇ ਦੇ ਵਿੱਚੋਂ ਵੀ ਇਸ ਗਾਣੇ ਦੀ ਤਰੀਫ ਹੋ ਰਹੀ ਹੈ ਗਾਣੇ ਦੇ ਪੱਖ ਵਿੱਚ ਲੋਕ ਆ ਰਹੇ ਨੇ ਤਾਂ ਹੁਣ ਤੁਹਾਡੇ ਇਸ ਗਾਣੇ ਬਾਰੇ ਕੀ ਵਿਚਾਰ ਨੇ ਉਹ ਵੀ ਜਰੂਰ ਸਾਂਝੇ ਕਰੋ ਕਿ ਤੁਸੀਂ ਇਸ ਗਾਣੇ ਨੂੰ ਕਿਵੇਂ ਦੇਖਦੇ ਹੋ ਕੀ ਤੁਹਾਨੂੰ ਲੱਗਦਾ ਹੈ ਕਿ ਇਸ ਦੇ ਵਿੱਚ ਕਹੀ ਗਈ ਇੱਕ ਇੱਕ ਗੱਲ ਸੱਚ ਹੈ ਕਿ ਪੰਜਾਬ ਦੇ ਮੁੱਦਿਆਂ ਦਾ ਜ਼ਿਕਰ ਕਰਨਾ ਸਹੀ ਹੈ ਜਿਸ ਤਰੀਕੇ ਨਾਲ ਸਿੱਧੂ ਨੇ ਬਿਵਾਕੀ ਦੇ ਨਾਲ ਇੱਕ ਇੱਕ ਮੁੱਦੇ ਨੂੰ ਅੱਗੇ ਰੱਖਿਆ ਤੇ ਉਹਦੇ ਸ਼ਬਦਾਂ ਦੇ ਰਾਹੀਂ ਪੁਰੋਇਆ ਔਰ ਦੱਸਿਆ ਹੈ ਕਿ ਪੰਜਾਬ ਦਾ ਕਿੰਨਾ ਚੀਜ਼ਾਂ ਦੇ ਉੱਤੇ ਹੱਕ ਹੈ ਤਾਂ ਇਸ ਗੀਤ ਦੇ ਬਾਰੇ ਹੁਣ ਤੁਹਾਡੇ ਕੀ ਵਿਚਾਰ ਨੇ ਉਹ ਵੀ ਕਮੈਂਟਾਂ ਰਾਹੀਂ ਜਰੂਰ ਸਾਂਝੇ ਕਰਨਾ ਹਰਿਆਣੇ ਦੇ ਕੁਝ ਲੋਕਾਂ ਨੇ ਇਸ ਗੀਤ ਦੀ ਤਾਰੀਫ਼ ਵੀ ਕੀਤੀ ਆ ਹਰਿਆਣੇ ਦੇ ਮਸ਼ਹੂਰ ਬੌਕਸਰ ਦੇ ਵੱਲੋਂ ਇਸ ਗੀਤ ਦੀ ਤਾਰੀਫ਼ ਕੀਤੀ ਗਈ ਆ ਤੇ ਕਿਹਾ ਗਿਆ ਹੈ ਕਿ ਇਸ ਗੀਤ ਦੇ ਜਿਹੜੇ ਭਾਵ ਨੇ ਉਸ ਨੂੰ ਸਮਝਿਆ ਜਾਵੇ ਬੋਲਾਂ ਨੂੰ ਸਮਝਿਆ ਜਾਵੇ ਕਿ ਆਖਿਰ ਸਿੱਧੂ ਮੂਸੇਵਾਲਾ ਕਹਿਣਾ ਕੀ ਚਾਹੁੰਦਾ ਹੈ ਦੱਸਦੀ ਹੈ ਕਿ ਬਿਸ਼ੇਪਰ ਦੇ ਵਿੱਚ ਪ੍ਰਸਿੱਧ ਮੁੱਕੇਵਾਜ ਬਜਿੰਦਰ ਸਿੰਘ ਦੇ ਵੱਲੋਂ ਸਿੱਧੂ ਮੂਸੇਵਾਲੇ ਦੇ ਇਸ ਗੀਤ ਦੀ ਤਾਰੀਫ ਕੀਤੀ ਗਈ ਹੈ ਬਜਿੰਦਰ ਸਿੰਘ ਦੇ ਵੱਲੋਂ ਇੱਕ ਲੰਮੀ ਚੌੜੀ ਪੋਸਟ ਪਾਈ ਗਈ ਹੈ ਜਿਸ ਦੇ ਵਿੱਚ ਉਸਨੇ ਸਿੱਧੂ ਮੂਸੇਵਾਲੇ ਦੇ ਇਸ ਗੀਤ ਦੇ ਉੱਤੇ ਉੱਠੇ ਵਿਵਾਦ ਦੇ ਖਿਲਾਫ ਜਿਹੜਾ ਜਾ ਕੇ ਸਿੱਧੂ ਦੇ ਗੀਤ ਦੀ ਬਕਾਲਤ ਕੀਤੀ ਹੈ ਗੀਤ ਦੀ ਤਾਰੀਫ ਕੀਤੀ ਆ ਦੱਸ ਦਈਏ ਕਿ ਬਜਿੰਦਰ ਸਿੰਘ ਨੇ ਲਿਖਿਆ ਹੈ ਕਿ ਸਿੱਧੂ ਮੂਸੇਵਾਲੇ ਨੇ ਕੁਝ ਵੀ ਗਲਤ ਨਹੀਂ ਕਿਹਾ ਇਸ ਗੀਤ ਬਾਰੇ ਭਾਰਤੀ ਮੁੱਕੇਬਾਜ਼ ਬਜਿੰਦਰ ਸਿੰਘ ਨੇ ਆਪਣੇ ਫੇਸਬੁੱਕ ਅਕਾਊਂਟ ਦੇ ਉੱਤੇ ਇੱਕ ਜਿਹੜੀ ਪੋਸਟ ਪਾਈ ਆ ਜਿਸ ਦੇ ਵਿੱਚ ਉਸਨੇ ਲਿਖਿਆ ਹੈ ਕਿ ਸਿੱਧੂ ਮੂਸੇਵਾਲੇ ਦੇ SYL ਗੀਤ ਦੀ ਜੋ ਜਿਹੜੀਆਂ ਲਾਈਨਾਂ ਨੇ ਉਹਨਾਂ ਚਰ ਪਾਣੀ ਛੱਡੋ ਤਪਕਾ ਨਹੀਂ ਦਿੰਦੇ ਇਸ ਲਾਈਨ ਨੂੰ ਲੈ ਕੇ ਲੋਕ ਭੰਬਲ ਪੂਸੇ ਵਿੱਚ ਨੇ ਕਿ ਆਖਰ ਪਾਣੀ ਕਿਸ ਨੂੰ ਨਹੀਂ ਦੇਣਾ ਹਰਿਆਣਾ ਨੂੰ ਇਸ ਲਾਈਨ ਨੂੰ ਸਮਝਣ ਲਈ ਸਾਡਾ ਪਿਸ਼ੋਕੜ ਤੇ ਸਾਡਾ ਲਾਣਾ ਦੇ ਦਿਓ ਚੰਡੀਗੜ੍ਹ ਹਿਮਾਚਲ ਤੇ ਹਰਿਆਣਾ ਦੇ ਦਿਓ ਨੂੰ ਧਿਆਨ ਨਾਲ ਸੁਣੋ ਕਿ ਸ਼ੁਰੂਆਤ ਚ ਹੀ ਪਰਿਵਾਰ ਇੱਕ ਕਰਨ ਦੀ ਗੱਲ ਹੋ ਰਹੀ ਹੈ ਇਸ ਦੀ ਅਗਲੀ ਲਾਈਨ ਚ ਉਸ ਨੇ ਅੰਗਰੇਜ਼ੀ ਸ਼ਬਦ ਸੋਵਰੈਨਿਟੀ ਦੀ ਵਰਤੋਂ ਕੀਤੀ ਹੈ ਜਾਨੀ ਕਿ ਸਾਡਾ ਪਰਿਵਾਰ ਸੂਬਾ ਇੱਕ ਕਰਦੇ ਹੋ ਤੇ ਪ੍ਰਭੂ ਸੱਤਾ ਦੇ ਦਿਓ ਅਸੀਂ ਆਪਣਾ ਮਸਲਾ ਖੁਦ ਹੱਲ ਕਰ ਲਵਾਂਗੇ ਇਸ ਗੀਤ ਚ ਇੱਕ ਹੋਰ ਲਾਈਨ ਹੈ ਕਿਉ ਪੱਗਾਂ ਨਾਲ ਕਹਿੰਦਾ ਫਿਰਦਾ ਟੋਪੀ ਵਾਲੇ ਆਵੇ ਇਸ ਨੂੰ ਵੀ ਸਮਝਣ ਦੀ ਲੋੜ ਹੈ ਪੱਗ ਨੂੰ ਸਿਰਫ ਸਿੱਖੀ ਨਾਲ ਜੋੜ ਕੇ ਨਾ ਦੇਖੋ ਹਰਿਆਣਾ ਪੰਜਾਬ ਪੱਗ ਨੂੰ ਸਿਰਫ ਸਿੱਖੀ ਨਾਲ ਜੋੜ ਕੇ ਨਾ ਦੇਖੋ ਹਰਿਆਣਾ ਰਾਜਸਥਾਨ ਵਿੱਚ ਵੀ ਪਗੜੀ ਨੂੰ ਬਹੁਤ ਅਹਿਮ ਮੰਨਿਆ ਜਾਂਦਾ ਹੈ ਤੇ ਟੋਪੀ ਵਾਲੇ ਇਹ ਨੇਤਾ ਨੇ ਜੋ ਸਾਨੂੰ ਆਪਸ ਦੇ ਵਿੱਚ ਲੜਾਉਂਦੇ ਨੇ ਬਜਿੰਦਰ ਸਿੰਘ ਨੇ ਅੱਗੇ ਲਿਖਿਆ ਕਿ ਇਸ ਗਾਣੇ 'ਚ ਉਹਨਾਂ ਲੋਕਾਂ ਨੂੰ ਹੀ ਜਲਨ ਹੋ ਰਹੀ ਹੈ ਜੋ ਲੋਕ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਦੇ ਕਿਸਾਨਾਂ ਨੂੰ ਅੱਤਵਾਦੀ ਦੱਸਦੇ ਸੀ ਦੱਸਦੀ ਹੈ ਕਿ ਬੀਤੀ ਸ਼ਾਮ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਇਹ ਪਹਿਲਾ ਗੀਤ ਹੈ ਜਿਸ ਨੂੰ ਰਿਲੀਜ਼ ਕੀਤਾ ਗਿਆ ਹੈ ਔਰ ਇਸ ਗੀਤ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਪੰਜਾਬ ਦੀ ਖੁਦਮੁਖਤਿਆਰੀ ਦੀ ਮੰਗ ਕੀਤੀ ਹੈ ਐਨਾ ਹੀ ਨਹੀਂ ਸਿੱਧੂ ਨੇ ਇਸ ਗਾਣੇ ਦੇ ਰਾਹੀਂ ਚੰਡੀਗੜ੍ਹ ਹੀ ਨਹੀਂ ਸਗੋਂ ਹਿਮਾਚਲ ਤੇ ਹਰਿਆਣਾ ਉੱਤੇ ਵੀ ਜਿਹੜਾ ਪੰਜਾਬ ਦੀ ਮੰਗ ਨੂੰ ਦੁਹਰਾਇਆ ਹੈ ਮੰਗ ਜਿਹੜੀ ਮੰਗ ਰੱਖੀ ਆ ਔਰ ਗੀਤ ਦੇ ਸਪਸ਼ਟ ਬੋਲ ਹਨ ਕਿ ਜਿੰਨਾ ਚਿਰ ਪੰਜਾਬ ਨੂੰ ਪ੍ਰਭੂ ਸੱਤਾ ਨਹੀਂ ਮਿਲਦੀ ਸਤਲੁਜ ਜਮਨਾ ਲਿੰਕ ਨਹਿਰ ਯਾਨੀ ਕਿ ਐਸਵਾਈਐਲ ਨਹਿਰ ਦਾ ਪਾਣੀ ਛੱਡੋ ਇੱਕ ਤੁਪਕਾ ਵੀ ਨਹੀਂ ਦਿੰਦੇ ਗੀਤਾਂ ਵਿੱਚ ਦਰਿਆਈ ਪਾਣੀ ਉੱਤੇ ਪੰਜਾਬ ਦੇ ਹੱਕ ਦਾ ਜ਼ਿਕਰ ਹੈ ਇਸ ਦੇ ਨਾਲ ਹੀ ਸਿੱਧੂ ਨੇ ਬੰਦ ਜਿਹੜੇ ਬੰਦੀ ਸਿੰਘ ਨੇ ਜੇਲ੍ਹਾਂ ਦੇ ਵਿੱਚ ਜੋ ਬੰਦੀ ਸਿੰਘ ਬੰਦ ਨੇ ਉਹਨਾਂ ਦੀ ਰਿਹਾਈ ਦੀ ਵੀ ਮੰਗ ਕੀਤੀ ਆ ਸੋ ਗਾਣੇ ਦਾ ਇੱਕ ਇੱਕ ਬੋਲ ਜੇਕਰ ਧਿਆਨ ਨਾਲ ਸੁਣਿਆ ਜਾਵੇ ਤਾਂ ਹਰ ਇੱਕ ਬੋਲ ਦੇ ਵਿੱਚ ਤੁਹਾਨੂੰ ਪੰਜਾਬ ਦੀ ਗੱਲ ਨਜ਼ਰ ਆਏਗੀ ਪੰਜਾਬ ਦੇ ਹੱਕਾਂ ਦੀ ਗੱਲ ਨਜ਼ਰ ਆਏਗੀ ਔਰ ਪੰਜਾਬ ਦੇ ਉਹਨਾਂ ਮੁੱਦਿਆਂ ਦੀ ਗੱਲ ਨਜ਼ਰ ਆਏਗੀ ਜਿਨ੍ਹਾਂ ਦੇ ਉੱਤੇ ਲਗਾਤਾਰ ਵਿਵਾਦ ਹੁੰਦੇ ਰਹਿੰਦੇ ਨੇ ਤਾਂ ਹੁਣ ਬਜਿੰਦਰ ਸਿੰਘ ਦੇ ਵੱਲੋਂ ਇਸ ਪੋਸਟ ਨੂੰ ਸ਼ੇਅਰ ਕੀਤਾ ਗਿਆ ਹੈ ਜਿਸ ਦੇ ਵਿੱਚ ਉਸਨੇ ਸਿੱਧੂ ਮੂਸੇਵਾਲੇ ਦੇ ਗੀਤ ਦੀ ਤਾਰੀਫ਼ ਕੀਤੀ ਹੈ ਹਾਲਾਂਕਿ ਕੁਝ ਲੋਕਾਂ ਦੇ ਵੱਲੋਂ ਬਜਿੰਦਰ ਸਿੰਘ ਦਾ ਵੀ ਵਿਰੋਧ ਕੀਤਾ ਗਿਆ ਹੈ ਹਰਿਆਣੇ ਦੇ ਕੁਝ ਲੋਕਾਂ ਨੇ ਵੀ ਬਜਿੰਦਰ ਸਿੰਘ ਦਾ ਵਿਰੋਧ ਕੀਤਾ ਹੈ ਪਰ ਬਜਿੰਦਰ ਸਿੰਘ ਦਾ ਕਹਿਣਾ ਹੈ ਕਿ ਗੀਤਾਂ ਦੇ ਬੋਲਾਂ ਨੂੰ ਸਮਝੋ ਸਿੱਧੂ ਦੇ ਕਹਿਣ ਦਾ ਮਤਲਬ ਸਮਝੋ ਉਸਨੇ ਇਹ ਨਹੀਂ ਕਿਹਾ ਹਰਿਆਣੇ ਨੂੰ ਪਾਣੀ ਨਹੀਂ ਦੇਵਾਂਗੇ ਉਸਨੇ ਕਿਹਾ ਹੈ ਕਿ ਪਹਿਲਾਂ ਸਾਨੂੰ ਸਾਡੇ ਹੱਕ ਦਿਓ ਅਤੇ ਸਾਡਾ ਜਿਹੜਾ ਸੂਭਾ ਉਸ ਨੂੰ ਇਕੱਠੇ ਕਰ ਦਿਓ ਤਾਂ ਅਸੀਂ ਖੁਦ ਹੀ ਇਸ ਮਸਲੇ ਦਾ ਹੱਲ ਕਰ ਲਵਾਂਗੇ ਤਾਂ ਇੱਕ ਵੱਡਾ ਜਿਹੜਾ ਵਿਵਾਦ ਹੁਣ ਉੱਠਦਾ ਹੋਇਆ ਇਸ ਗਾਣੇ ਦੇ ਉੱਤੇ ਦਿਖਾਈ ਦੇ ਰਿਹਾ ਉੱਥੇ ਹੀ ਹੁਣ ਹਰਿਆਣੇ ਦੇ ਵਿੱਚੋਂ ਵੀ ਇਸ ਗਾਣੇ ਦੀ ਤਾਰੀਫ ਹੋ ਰਹੀ ਹੈ ਗਾਣੇ ਦੇ ਪੱਖ ਵਿੱਚ ਲੋਕ ਆ ਰਹੇ ਨੇ ਤਾਂ ਹੁਣ ਤੁਹਾਡੇ ਇਸ ਗਾਣੇ ਬਾਰੇ ਕੀ ਵਿਚਾਰ ਨੇ ਉਹ ਵੀ ਜਰੂਰ ਸਾਂਝੇ ਕਰੋ ਕਿ ਤੁਸੀਂ ਇਸ ਗਾਣੇ ਨੂੰ ਕਿਵੇਂ ਦੇਖਦੇ ਹੋ ਕੀ ਤੁਹਾਨੂੰ ਲੱਗਦਾ ਹੈ ਕਿ ਇਸ ਦੇ ਵਿੱਚ ਕਹੀ ਗਈ ਇੱਕ ਇੱਕ ਗੱਲ ਸੱਚ ਹੈ ਕੀ ਪੰਜਾਬ ਦੇ ਮੁੱਦਿਆਂ ਦਾ ਜ਼ਿਕਰ ਕਰਨਾ ਸਹੀ ਹੈ ਜਿਸ ਤਰੀਕੇ ਨਾਲ ਸਿੱਧੂ ਨੇ ਬਿਵਾਕੀ ਦੇ ਨਾਲ ਇੱਕ ਇੱਕ ਮੁੱਦੇ ਨੂੰ ਅੱਗੇ ਰੱਖਿਆ ਅਤੇ ਉਹਦੇ ਸ਼ਬਦਾਂ ਦੇ ਰਾਹੀਂ ਪੁਰੋਇਆ ਹੈ ਔਰ ਦੱਸਿਆ ਹੈ ਕਿ ਪੰਜਾਬ ਦਾ ਕਿੰਨਾ ਚੀਜ਼ਾਂ ਦੇ ਉੱਤੇ ਹੱਕ ਹੈ ਤਾਂ ਇਸ ਗੀਤ ਦੇ ਬਾਰੇ ਹੁਣ ਤੁਹਾਡੇ ਕੀ ਵਿਚਾਰ ਨੇ ਉਹ ਵੀ ਕਮੈਂਟਾਂ ਰਾਹੀਂ ਜਰੂਰ ਸਾਂਝੇ ਕਰਨਾ